ਕਿ ਅਸੀਂ ਦੋ ਵਿਅਕਤੀ ਜਿਹੜੇ ਗ੍ਰਿਫਤਾਰ ਕੀਤੇ ਹਾਂ, ਜਤਿੰਦਰ ਕੁਮਾਰ ਅਤੇ ਰਾਹੁਲ, ਜਿਹੜਾ ਸਾਡੇ ਇੱਕ 16 ਤਰੀਕ ਨੂੰ ਇੱਕ ਮੁਕੱਦਮਾ ਨੰਬਰ 30 ਅੰਡਰ ਸੈਕਸ਼ਨ 456-380 ਦਰਜ ਹੋਇਆ ਸੀ ਪੀ ਐੱਸ ਸਦਰ ਲੁਧਿਆਣਾ। ਅਤੇ ਉਹਦੇ ਵਿੱਚ ਇੰਸਪੈਕਟਰ ਸੁਖਦੇਵ ਸਿੰਘ ਹੋਰਾਂ ਨੇ ਜਿਹੜਾ ਮੁਕੱਦਮਾ ਦਰਜ ਕੀਤਾ, ਉਹਦੇ ਵਿੱਚ ਜਿਹੜਾ ਬੜੇ ਵਧੀਆ ਇਹਨਾਂ ਨੇ ਮਿਹਨਤ ਕਰਕੇ ਜਿਹੜਾ ਦੋ ਵਿਅਕਤੀਆਂ ਨੂੰ ਜਿਹੜਾ ਗ੍ਰਿਫਤਾਰ ਕੀਤਾ, ਉਹਨਾਂ ਦੇ ਕੋਲੋਂ ਜਿਹੜਾ 100% ਰਿਕਵਰੀ ਕੀਤੀ ਹੈ, ਜਿਹਦੇ ਵਿੱਚ ਉਹਨਾਂ ਨੇ ਉਸ ਵਿਅਕਤੀ ਦੇ ਘਰ ਤੋਂ 2:30 ਤੋਲੇ ਕਰੀਬ ਸੋਨਾ ਚੋਰੀ ਕੀਤਾ ਸੀ, ਐੱਲ ਸੀ ਡੀ ਕੀਤੀ ਸੀ, ਨਕਦੀ ਕੀਤੀ ਸੀ। ਜਿਹੜਾ ਇਹਨਾਂ ਨੇ ਉਸ ਘਰ ਦਾ ਦੇਖ ਕੇ ਵੀ ਇਹ ਘਰ ਬੰਦ ਆ, ਇਹੀ ਇਹਨਾਂ ਦੀ ਮੋਡਸ ਪਰੈਂਡੀ ਸੀ ਵੀ ਇਹ ਘਰ ਨੂੰ ਬਾਹਰ ਦੇਖਦੇ ਸੀ, ਲੌਕ ਲੱਗਿਆ ਹੋਇਆ, ਤਾਂ ਉਹਦੀ ਰੈਕੀ ਕਰਕੇ ਉਸੇ ਘਰ 'ਤੇ ਅਟੈਂਪਟ ਕਰਦੇ ਸੀ। ਨਸ਼ੇ ਦੇ ਵੀ ਇਹ ਨਸ਼ੇ ਦਾ ਆਦੀ ਹੈ ਜੀ। ਔਰ ਆਲਰੇਡੀ ਜਿਹੜਾ ਜਤਿੰਦਰ ਸਿੰਘ ਇਹਨਾਂ 'ਚ ਜਿਹੜਾ ਰਾਏਕੋਟ ਦਾ ਰਹਿਣ ਵਾਲਾ, ਇਹਦੇ ਖਿਲਾਫ਼ ਪਹਿਲੋਂ ਵੀ 9 ਮੁਕੱਦਮੇ ਜਿਹੜਾ ਆਲਰੇਡੀ ਦਰਜ ਹੈ, ਜਿਹੜਾ ਜੇਲ੍ਹ ਤੋਂ ਜ਼ਮਾਨਤ 'ਤੇ ਹੈ, ਜੋ ਕਰੀਬ 1 ਮਹੀਨਾ ਪਹਿਲਾਂ ਹੀ ਜੇਲ੍ਹ ਤੋਂ ਵਾਪਸ ਆਇਆ। ਜਿਹੜਾ ਦੂਸਰਾ ਉਹ ਲੁਧਿਆਣਾ ਦਾ ਰਹਿਣ ਵਾਲਾ, ਉਹਦੇ ਹਜੇ ਫਿਲਹਾਲ ਉਹਦੇ ਖਿਲਾਫ਼ ਤੋਂ ਮੁਕੱਦਮਾ ਨਹੀਂ ਹੈ ਦਰਜ, ਬਟ ਉਹਦਾ ਇਹ ਦੇਖਿਆ ਜਾਏਗਾ ਕਿ ਇਹਦੇ ਨਾਲ ਰਲ ਕੇ ਉਹਨੇ 1 ਮਹੀਨੇ 'ਚ ਕਿੱਥੇ ਕਿਤੇ ਵਾਰਦਾਤ ਕੀਤੀ ਹੈ, ਹੋਰ ਕੀ ਕੀਤਾ। ਦੇਖੋ 22 ਤੋਲੇ ਤਾਂ ਸੋਨਾ ਹੀ ਜਿਹੜਾ ਰਿਕਵਰ ਕੀਤਾ, ਪਲੱਸ ਉਹਦੀ ਐੱਲ ਸੀ ਡੀ ਰਿਕਵਰ ਕੀਤੀ ਹੈ, 20,000 ਰੁਪਇਆ ਕੀਤਾ, ਪਲੱਸ ਇੱਕ ਇਹਨਾਂ ਕੋਲ ਕਾਰ ਜਿਹੜੀ ਬਰਾਮਦ ਹੋਈ ਹੈ, ਕਾਰ ਦਾ ਜਿਹੜਾ ਹੁਣ ਜਿਹੜੀ ਆਰਟਿਕਾ ਕਾਰ ਇਹਨਾਂ ਕੋਲ ਬਰਾਮਦ ਹੋਈ ਹੈ, ਉਹਦਾ ਹਜੇ ਦੇਖਣਾ ਵੀ ਉਹਦਾ ਰਿਕਾਰਡ ਦੇਖਾਂ ਕਿ ਇਹ ਉਹ ਕਾਰ ਚੋਰੀ ਦੀ ਤਾਂ ਨਹੀਂ, ਅਤੇ ਮੇ ਬੀ ਜਿਵੇਂ ਦਾ ਇਹਨਾਂ ਦਾ ਰਿਕਾਰਡ ਹੈ, ਇਹ ਕਾਰ ਵੀ ਚੋਰੀ ਹੋਣ ਦੇ ਆਸਾਰ ਹੈਗੇ ਵੀ ਚੋਰੀ, ਕੁਛ ਕੰਮ ਨਹੀਂ ਕਰਦੇ, ਇਹ ਚੋਰੀ ਦੀਆਂ ਵਾਰਦਾਤਾਂ ਕਰਦੇ ਆ, ਜਿਹਦੇ ਖਿਲਾਫ਼ 9 ਮੁਕੱਦਮੇ ਦਰਜ ਆ, ਹੋਰ ਕੰਮ ਕਰਨ ਦੀ ਲੋੜ ਨਹੀਂ, ਚੋਰੀ ਹੀ ਕਰਦਾ, ਤਾਂ ਨਸ਼ੇ ਦੀ ਆਦਤ ਹੈ। ਹਾਂਜੀ, ਦੇਖੋ ਫਿਲਹਾਲ 2 ਗ੍ਰਿਫਤਾਰ ਕੀਤੇ, ਹੁਣ ਡਿਊਰਿੰਗ ਇਨਵੈਸਟੀਗੇਸ਼ਨ ਦੇਖਾਂਗੇ ਇਹਨਾਂ ਨਾਲ ਹੋਰ ਕਿਸੇ ਦੀ ਮਿਲੀ ਭੁਗਤ ਤਾਂ ਨਹੀਂ। ਇਹ ਫੜੇ ਆ ਜੀ ਫੁੱਲਾਂ ਵਾਲੀ, ਜਿਹੜਾ ਅਸੀਂ ਨਾਕਾ ਲਾਇਆ ਸੀਕ੍ਰੇਟ ਇਨਫੋਰਮੇਸ਼ਨ ਸੀ, ਉੱਥੇ ਜਿਹੜਾ ਦੋਨਾਂ ਬੰਦਿਆਂ ਨੂੰ ਗ੍ਰਿਫਤਾਰ ਕੀਤਾ।